ਲਓ ਜੀ ਬੇਲੀਓ ਸਾਡੇ ਪਿੰਡ ਇਸ ਵਾਰੀ ਪਹਿਲੀ ਦਫ਼ਾ ਆਇਆ ਜੀ ਰੈਪਰ ਜਿਹਦੇ ਜਿਹੜਾ ਕਿ ਮੁੱਠੇ ਵੀ ਬਣਾਉਂਦਾ ਹੈ ਜੀ ਕਣਕ ਵੱਢ ਰਿਹਾ ਅਤੇ ਤੁਹਾਨੂੰ ਮੈਂ ਸਾਰਾ ਕੁਝ ਵਿਖਾਉਂਦਾ ਜਿੱਥੇ ਅੱਗੇ ਭਰੀਆਂ ਪਾਉਣੀਆਂ ਪੈਂਦੀਆਂ ਸੀ ਖੱਬੜ ਪਾਉਣੇ ਪੈਂਦੇ ਸੀ ਉਹ ਕੰਮ ਮੁੱਕ ਗਿਆ ਜੀ ਇਹ ਸਿਆਲਕੋਟ ਦੀ ਸਾਡੇ ਜ਼ਿਲ੍ਹਾ ਸਿਆਲਕੋਟ ਦੀ ਤਹਿਸੀਲ ਡਸਕਾ ਉੱਥੇ ਆ ਸਾਰੇ ਬਣਦੇ ਨੇ ਜੀ ਸੁਪਰ ਸ਼ਜ਼ਾਰ ਡਸਕਾ ਵਾਲਿਆਂ ਕੰਪਨੀ ਵਾਲਿਆਂ ਬਣਾਇਆ ਜੀ ਇਹ ਪਿੱਛੇ ਸਾਡਾ ਪਿੰਡ ਤੁਹਾਨੂੰ ਨਜ਼ਰ ਆ ਰਿਹਾ ਵੈਸੇ ਸੋਹਣੀ ਕੋਸ਼ਿਸ਼ ਹੈ ਪਾਕਿਸਤਾਨੀਆਂ ਦੀ ਇੰਜੀਨੀਅਰਾਂ ਦੀ ਕਿ ਅੱਗੇ ਦੂਜਾ ਰੈਪਰ ਸੀ ਉਹ ਫਿਰ ਭਰੀਆਂ ਪਾਣੀਆਂ ਪੂਰਾ ਪੂਰਾ ਟੱਬਰ ਖੱਪ ਜਾਂਦਾ ਹੁੰਦਾ ਸੀ ਅੱਛਾ ਮਜ਼ੇ ਦੀ ਗੱਲ ਇਹ ਕਿ ਤੁਸੀਂ ਵੇਖੋ ਕਿ ਇੰਨੀ ਸਾਫ਼ ਸੁਥਰੀ ਲੋਕ ਹੱਥਾਂ ਨਾਲ ਵੱਢਦੇ ਹੁੰਦੇ ਸੀ ਕਦੀ ਨਹੀਂ ਤਾਂ ਦੂਜੇ ਰੈਪਰ ਜਿਹੜੇ ਨੇ ਉੱਤੋਂ ਜਰਾ ਵੱਢ ਦਿੰਦੇ ਨੇ ਜਾਂ ਭੜੋਲੇ ਨਾ ਤੁਸੀਂ ਵਢਾਓ ਉੱਤੋਂ ਵੱਢ ਦੇਣਗੇ ਉਹ ਫਿਰ ਤੂੜੀ ਨਹੀਂ ਬਣੇਗੀ ਉੱਨੀ ਉਹਨੇ ਬਹੁਤੇ ਦਾਣੇ ਜਿਹੜੇ ਨੇ ਸਿੱਟੇ ਥੱਲੇ ਖਿਲਰ ਜਾਣਗੇ ਉਹ ਚੀਜ਼ਾਂ ਹੁਣ ਬਿਲਕੁਲ ਖਤਮ ਹੋ ਗਈਆਂ ਨੇ ਬਹੁਤ ਸਾਫ਼ ਸੁਥਰਾ ਕੰਮ ਹੈ ਇਹ ਨਿੱਕੇ ਨਿੱਕੇ ਬੱਚੇ ਵੀ ਫੜ ਕੇ ਅਤੇ ਜਨਾਬ ਇਹਨੂੰ ਮਰਲੀ ਲਾ ਸਕਦੇ ਨੇ ਮੁੜ ਕੇ ਮਸ਼ੀਨ ਲਾਓ ਅਤੇ ਕਤਰਾ ਕੇ ਅਤੇ ਵਿਹਲੇ ਹੋਵੋ ਫਿਰ ਤੂੜੀ ਸਾਫ਼ ਸੁਥਰੀ ਨਹੀਂ ਤਾਂ ਕਹਿੰਦੇ ਨੇ ਕਿ ਉਹ ਦੂਜੇ ਆਪਣੇ ਚਾਪਰੇ ਨਾਲ ਤੂੜੀ ਬਣਵਾ ਲਓ ਤੁਹਾਨੂੰ ਪਤਾ ਕਸਾਰ ਸਾਰਾ ਕੁਝ ਜੇ ਡੰਗਰ ਮੂੰਹੋਂ ਬੋਲਦੇ ਹੋਣ ਨਾ ਤਾਂ ਯਕੀਨ ਕਰੋ ਤੁਹਾਨੂੰ ਗਾਲਾਂ ਕੱਢਣ ਜਿਹੋ ਜਿਹੀ ਤੂੜੀ ਉਹ ਖਾਣ ਵਾਲੀ ਨਹੀਂ ਹੁੰਦੀ ਉਹਨਾਂ ਦੀ ਕਣਕਾਂ ਮਾਸ਼ਾਅੱਲਾ ਚੰਗੀਆਂ ਨੇ ਅੱਲਾ ਸੋਹਣੇ ਦੀ ਬੜੀ ਕਰਮ ਨਵਾਜ਼ੀ ਹੈ ਅਤੇ ਰੇਟ ਵੀ ਇਸ ਵਾਰੀ ਚੰਗਾ 4,000 ਤੋਂ ਮਣ ਰੇਟ ਮੈਂ ਕਹਿੰਦਾ ਕਿਸਾਨਾਂ ਦੀ ਜਿਹੜੀ ਸੁਣੀ ਗਈ ਹੈ ਬਲਕਿ ਇਹ ਪਿਛਲੇ ਦਿਨੋਂ ਤੁਸੀਂ ਵੇਖਿਆ ਹੋਣਾ ਕਿ ਬਾਰਿਸ਼ਾਂ ਕੋਈ ਮੀਂਹ ਪਏ ਅਤੇ ਕਿਸਾਨ ਜ਼ਿਮੀਂਦਾਰ ਪਰੇਸ਼ਾਨ ਹੋ ਗਏ ਸਨ ਕਿ ਪਤਾ ਨਹੀਂ ਯਾਰ ਕੀ ਬਣੇਗਾ ਹੁਣ ਲੇਕਿਨ ਅੱਲਾ ਸੋਹਣਾ ਜੋ ਕਰਦਾ ਬਿਹਤਰ ਕਰਦਾ ਬੰਦੇ ਵਾਸਤੇ ਕਿ ਉਹ ਕਣੀਆਂ 4 ਛਿੱਟਾਂ ਪੈਣ ਨਾਲ ਜਿਹੜੇ ਨਾ ਦਾਣੇ ਜਿਹੜੇ ਨੇ ਮੋਟੇ ਹੋ ਗਏ ਨੇ ਕਣਕ ਦੇ ਨਹੀਂ ਤਾਂ ਪਿਛਲੀ ਵਾਰੀ ਇਸ ਤਰ੍ਹਾਂ ਸੀ ਕਿ ਜਿਵੇਂ ਪਤਲੇ ਬਰੀਕ ਸਨ ਬਰੀਕ ਬਿਲਕੁਲ ਜਿਵੇਂ ਸੌਂਫ ਹੁੰਦੀ ਹੈ ਲੇਕਿਨ ਇਸ ਵਾਰੀ ਮਾਸ਼ਾਅੱਲਾ ਦਾਣੇ ਜਿਹੜੇ ਨੇ ਮੋਟੇ ਨੇ ਦੇਖੋ ਜੀ ਸੋਹਣੀ ਜਿਹੜੀ ਹੈ ਨਾ ਨਾਲੇ ਗੰਢ ਵੱਜੀ ਹੁੰਦੀ ਹੈ ਇੱਥੋਂ ਤੁਸੀਂ ਫੜਨਾ ਖਿੱਚਣਾ ਅਤੇ ਮਸ਼ੀਨ ਦੇ ਵਿੱਚ ਸੁੱਟ ਦੇਣੀ ਬਹੁਤ ਸ਼ਾਨਦਾਰ ਕੰਮ ਹੈ ਜੀ ਜ਼ਬਰਦਸਤ ਮਸ਼ੀਨ ਦਸਤੀ ਸੋਹਣੇ ਹੋਣੇ ਕੰਮ ਮੁੱਕ ਜਾਣਾ ਤਾਂ ਵਿਹਲੇ ਹੋ ਕੇ ਮਸ਼ੀਨ ਲਾਓ ਤਾਂ ਤੂੜੀ ਦਾਣੇ ਘਰ ਲੈ ਕੇ ਜਾਓ ਉਸਤਾਦ ਜੀ ਕੀ ਨਾਂ ਜੇ ਆਪਣਾ ਮੇਰਾ ਨਾਂ ਸ਼ਿਵਾਜ ਇਹ ਤੁਹਾਡੀ ਕੰਪਨੀ ਦਾ ਬਣਿਆ ਰੈਪਰ ਠੀਕ ਅਤੇ ਕਿੰਨੇ ਦਾ ਸੇਲ ਕਰ ਰਹੇ ਹੋ ਅੱਗੇ 7,00,000 ਰੁਪਏ ਜੀ ਇਹ ਇਸ ਵਾਰੀ ਬਣਾਇਆ ਜਾਂ ਪਿਛਲੇ ਸਾਲ ਦਾ ਹੀ 4 ਸਾਲ ਹੋ ਗਏ ਸਾਨੂੰ ਸਾਡੇ ਫਿਰ ਇੱਧਰ ਪਹਿਲੀ ਦਫ਼ਾ ਹੀ ਆ ਸਹੀ ਕੀ ਨਾਂ ਜੀ ਆਪਣਾ ਹਕਾਨੀ ਪਿੰਡ ਕਿਹੜਾ ਜੇ ਟੁਕੜੀ ਹਰੀਆਂ ਪਹਿਲੀ ਦਫ਼ਾ ਹੀ ਚਲਾ ਰਿਹਾ ਇਸ ਸੀਜ਼ਨ ਵਿੱਚ ਕਿੰਨੇ ਦਾ ਲਿਆ ਜੇ 7,00,000 ਕੈਸਾ ਚੱਲ ਰਿਹਾ ਬੜਾ ਹੀ ਅੱਲਾ ਦਾ ਸ਼ੁਕਰ ਸ਼ਾਨਦਾਰ ਚਲੋ
लो जी रेला नाई लगा जे बन्ने चढ़ाण दूसरे पासे दे भी बन्ने चढ़ाने पैंदे रेलिया आहो नहीं तो फिर सारी गल तीले तूले जिहड़े जाया हुंदे ने चंगी गल छड़ा लो ये तो समझो कि मुकया पे काम होने करके तो वाधा इस मशीनरी का ते की वैसे किले का की दे रहे हैं सही है ते दूसरा रह पर जिहड़ा सादा वो 4000 रुपया रहिंदा ते मुड़ के फिर ओ दे वास्ते भरियां भी पानी कट्ठियां रस्सियां भी लियाउणियां 2500 सौ महंगा पै जांदा इहदे नाल ऐ वधिया नाल दस्ती काम मुक जांदा चलो ओ ते छडाना पैंदा ना अपना ही फायदा सही है जबरदस्त नहीं तुम मकालो जो बैठा कहीं तो बैठ जाए।